ਸਾਸਰੀ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਭੈਣ ਭਰਾਵਾਂ ਦਾ ਯੂਟਿਊਬਰ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਕਿ ਮੇਰਾ ਮਤਲਬ ਕਿ ਇੰਨਾ ਧਿਆਨ ਕੀਤਾ ਤੇ ਮੈਨੂੰ ਮਤਲਬ ਕਿ ਮੈਂ ਕਾਫੀ ਟਾਈਮ ਤੋਂ ਵੀਡੀਓ ਨਹੀਂ ਸੀ ਪਾ ਸਕਦੀ ਵੀ ਤੇ ਨਾ ਮੈਂ ਕਿਸੇ ਦੀ ਵੀਡੀਓ ਵਾਚ ਕਰ ਰਹੀ ਸੀ ਨਾ ਹੀ ਕਮੈਂਟਾਂ ਦੇ ਜਵਾਬ ਮੇਰੇ ਤੋਂ ਦਿੱਤੇ ਜਾ ਰਹੇ ਸੀ ਮੈਂ ਫਿਰੰਡ ਕਾਫੀ ਜ਼ਿਆਦਾ ਬਿਮਾਰ ਸੀ ਮਹੀਨੇ ਤੋਂ ਤੇ ਕਾਫੀ ਦਵਾਈਆਂ ਵਗੈਰਾ ਕਰਾਉਣ ਤੋਂ ਬਾਅਦ ਵੀ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਤੇ ਇੱਕ ਸਿਰਫ ਛੋਟੀ ਜੀ ਪ੍ਰੋਬਲਮ ਸੀਗੀ ਕਿ ਮੱਛਰ ਲੜਿਆ ਸੀਗਾ ਮੇਰੇ ਤੇ ਉਹਦੇ ਨਾਲ ਹੀ ਕਾਫੀ ਮੇਰੀ ਪ੍ਰੋਬਲਮ ਵੱਧ ਗਈ ਸੀਗੀ ਮੈਂ ਇਗਨੋਰ ਕਰਦੀ ਰਹੀ ਵੀ ਚਲੋ ਕੋਈ ਗੱਲ ਨਹੀਂ ਵੀ ਇਦਾਂ ਹੀ ਠੀਕ ਹੋ ਜੂਗੀ ਤੇ ਉਸ ਤੋਂ ਬਾਅਦ ਜਦੋਂ ਕਾਫੀ ਹਸਪੀਟਲਾਂ ਦੇ ਵਿੱਚ ਜਾਂਦੇ ਰਹੇ ਅਸੀਂ ਦਵਾਈਆਂ ਵਗੈਰਾ ਕਰਾਉਂਦੇ ਰਹੇ ਤੇ ਕੋਈ ਆਰਾਮ ਨਹੀਂ ਸੀ ਮੈਨੂੰ ਆ ਰਿਹਾ ਤੇ ਹੁਣ ਹੋਮਿਓਪੈਥਿਕ ਦੀ ਦਵਾਈਆਂ ਨੇ ਬਾਬਾ ਜੀ ਨੇ ਆਪ ਹੀ ਮੇਰ ਕੀਤੀ ਆ ਹੁਣ ਤੇ ਆਹ ਸ਼ੀਸ਼ੀਆਂ ਵੇਖ ਲਓ ਕਿੰਨੀਆਂ ਨੇ ਤੇ ਇਹ ਘਟੋ ਘਟ ਮੈਂ 30 ਗੋਲੀਆਂ ਰੋਜ਼ ਦੀਆਂ ਖਾਣੀ ਹੁੰਦੀਆਂ ਨੇ ਤੇ ਬਾਕੀ ਜਿਹੜੀ ਸ਼ੀਸ਼ੀਆਂ ਨੇ ਉਹ ਬੂੰਦਾਂ ਵਾਲੀਆਂ ਨੇ ਉਹ ਜਿਸ ਤਰ੍ਹਾਂ ਕਿ 10 ਬੂੰਦਾਂ ਇੱਕ ਸ਼ੀਸ਼ੀ ਰੀ ਤੇ 15 ਬੂੰਦਾਂ ਇੱਕ ਸ਼ੀਸ਼ੀ ਦੀ ਮਤਲਬ ਸਾਰੇ ਦਿਹਾੜੇ ਮੇਰੀ ਦਵਾਈਆਂ ਦੇ ਵਿੱਚ ਹੀ ਲੰਘ ਜਾਂਦੀ ਹੈ ਪਰ ਇਹਦੇ ਨਾਲ ਇਹ ਦਵਾਈਆਂ ਖਾਣ ਨਾਲ ਮੈਨੂੰ ਕਾਫੀ ਜ਼ਿਆਦਾ ਫਰਕ ਪਿਆ ਕਾਫੀ ਮੇਰੀ ਸਿਹਤ ਦੇ ਵਿੱਚ ਸੁਧਾਰ ਆਇਆ ਹੁਣ ਤੇ ਤੁਹਾਡਾ ਸਾਰੇ ਮੇਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਦਿਲੋਂ ਹੀ ਕਿ ਜਿਨ੍ਹਾਂ ਨੇ ਮੇਰੇ ਲਈ ਇੰਨੀ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਤੁਹਾਡੇ ਅਰਦਾਸਾਂ ਤੇ ਦੁਆਵਾਂ ਦਾ ਹੀ ਅਸਰ ਹੈ ਤੇ ਤੁਹਾਡੇ ਸਾਰਿਆਂ ਦੇ ਭੈਣ ਭਰਾਵਾਂ ਦੇ ਪਿਆਰ ਦਾ ਹੀ ਹੈ ਅਸਰ ਕਿ ਜਿਹੜਾ ਮੈਂ ਹੁਣ ਠੀਕ ਹੋ ਗਈਆਂ ਹੁਣ ਕਾਫੀ ਮੈਂ ਹੱਦ ਤੱਕ ਠੀਕ ਹੈ ਗਈਆਂ ਦਵਾਈ ਮੇਰੀ ਚੱਲੂਗੀ 5-6 ਮਹੀਨੇ ਤੱਕ ਤੇ ਮੈਂ ਬਹੁਤ ਹੀ ਮਤਲਬ ਕਿ ਸਾਰਿਆਂ ਦੀ ਸ਼ੁਕਰਗੁਜ਼ਾਰ ਹੈ ਗਈਆਂ ਤੇ ਇਹ ਕਰਕੇ ਨਾ ਦਵਾਈਆਂ ਨਾਲ ਮੈਨੂੰ ਅੰਗਰੇਜ਼ੀ ਦਵਾਈਆਂ ਖਾਣ ਨਾਲ ਕਾਫੀ ਮੇਰੇ ਸਕਿਨ ਤੇ ਅਲਰਜੀ ਵੀ ਹੋ ਗਈ ਸੀਗੀ ਤੇ ਨਿਸ਼ਾਨ ਜੇ ਰਹਿ ਗਏ ਨੇ ਹੁਣ ਕਾਫੀ ਜ਼ਿਆਦਾ ਤੇ ਦਵਾਈ ਨਾਲ ਹੌਲੀ-ਹੌਲੀ ਉਹ ਕਹਿੰਦੇ ਫਰਕ ਪਾਊਗਾ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਹੋਮਿਓਪੈਥਿਕ ਦਵਾਈ ਨੂੰ ਪਰ ਇਹ ਜੜੋਂ ਇੱਕਦਮ ਤਕਲੀਫ ਨੂੰ ਖਤਮ ਕਰ ਦਿੰਦੀ ਹੈ ਦਵਾਈ ਤੇ ਹੁਣ ਮੈਂ ਕਾਫੀ ਠੀਕ ਹੈ ਗਈਆਂ ਤੇ ਮੇਰੇ ਦੀਦੀ ਨੇ ਪੰਜਾਬੀ ਮਾਂ ਦਾ ਪੰਜਾਬੀ ਤੜਕਾ ਪਿੰਡਾਂ ਦੀ ਰਸੋਈ ਵਾਲੇ ਦੀਦੀ ਜਸਵੀਰ ਕੌਰ ਉਹਨਾਂ ਨੇ ਵੀ ਮੈਨੂੰ ਕਾਫੀ ਵਾਰੀ ਫੋਨਾਂ ਦੇ ਵਿੱਚ ਹਾਲ ਪੁੱਛਿਆ ਸੀਗਾ ਮੇਰੇ ਬਹੁਤ ਵਧੀਆ ਫਰੈਂਡ ਨੇ ਭੈਣਾ ਨਾਲ ਵੀ ਵੱਧ ਕੇ ਨੇ ਤੇ ਹੁਣ ਵੀ ਦੀਦੀ ਫੋਨ ਕਰਦੇ ਰਹਿੰਦੇ ਨੇ ਹਾਲਚਾਲ ਪੁੱਛ ਦਿੰਦੇ ਨੇ ਤੇ ਫਿਰ ਦੀਦੀ ਨੇ ਹੀ ਵੀਡੀਓ ਮੇਰੇ ਤੇ ਪਾਈ ਸੀਗੀ ਵੀ ਉਹਨਾਂ ਨੇ ਸਾਰਾ ਕੁਝ ਫਿਰ ਮੇਰੀ ਪ੍ਰੋਬਲਮ ਦੱਸਤੀ ਸੀਗੀ ਜਿਹੜੀ ਵੀ ਮੈਨੂੰ ਤਕਲੀਫ ਸੀਗੀ ਪ੍ਰੋਬਲਮ ਸੀ ਮੇਰੇ ਤੋਂ ਇੰਨਾ ਬੋਲਿਆ ਨਹੀਂ ਸੀ ਜਾਂਦਾ ਹੁਣ ਵੀ ਫਰੈਂਡ ਮੈਨੂੰ ਥੋੜਾ ਜਨਾ ਬੋਲਣ ਚ ਪ੍ਰੋਬਲਮ ਹੁੰਦੀ ਹੈ ਤੇ ਪਰ ਅੱਗੇ ਨਾਲੋਂ ਕਾਫੀ ਫਰਕ ਹੈ ਵੀ ਮੈਨੂੰ ਨਾ ਕਈ ਵਾਰੀ ਫਿਰ ਚੱਕਰ ਜੇ ਵੀ ਆਉਣ ਲੱਗ ਜਾਂਦੇ ਨੇ ਕਾਫੀ ਜ਼ਿਆਦਾ ਵੀ ਕਮਜ਼ੋਰੀ ਬਹੁਤ ਜ਼ਿਆਦਾ ਆਈ ਹੋਈ ਹੈ ਤੇ ਪਰ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਸ਼ੁਕਰੀਆ ادا ਕਰਨਾ ਚਾਹੁੰਦੀ ਸੀਗੀ ਕੇ ਜੜੇ ਮੇਰੇ ਭੈਣ ਭਰਾਵਾਂ ਨੇ ਸਾਰਿਆਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਐ ਇੰਨੀ ਮੇਰੇ ਲਈ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਅੱਜ ਤੁਹਾਡੀ ਦੁਆਵਾਂ ਤੇ ਤੁਹਾਡੀ ਅਰਦਾਸਾਂ ਦਾ ਹੀ ਇਹ ਅਸਰ ਹੋਇਆ ਮੇਰੇ ਤੇ ਜਿਹੜਾ ਕਿ ਬਾਬਾ ਜੀ ਨੇ ਮੈਨੂੰ ਠੀਕ ਕਰਤਾ ਤੇ ਬਾਕੀ ਜਿਹੜੀ ਥੋੜੀ ਬਹੁਤੀ ਪ੍ਰੋਬਲਮ ਹੈ ਉਹ ਵੀ ਤੁਹਾਡੀ ਸਾਰਿਆਂ ਦੀ ਦੁਆਵਾਂ ਨਾਲ ਛੇਤੀ ਠੀਕ ਹੋ ਜਾਊਗੀ ਤੇ ਹੁਣ ਮੈਂ ਕੋਸ਼ਿਸ਼ ਕਰਿਆ ਕਰਾਂਗੀ ਵੀਡੀਓ ਵੀ ਪਾਵਾਂਗੀ ਹੌਲੀ ਹੌਲੀ ਤੇ ਤੁਹਾਡੀ ਸਾਰੇ ਭੈਣ ਭਰਾਵਾਂ ਦੀ ਵੀਡੀਓ ਵਾਚ ਵੀ ਕਰਾਂਗੀ ਤੇ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ